तीन पेटियां भरिया पईआं लेबर जाइयां दी आपां तां सांता क्लॉस है दी लोड़ नहीं कोई आया हुंदा भैण जी कोई गड्डी कोई मोटरसाइकिल कोई इदां दी नहीं 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 भाई आईफोन ओ तां भाई आला आवे ती पुछ लो ਹੋਰ ਭਾਈ ਠੀਕ ਠਾਕ ਆ ਸਾਰੇ ਹਾਂਜੀ ਬੱਬੜ ਜੀ ਸਭ ਠੀਕ ਠਾਕ ਆ ਤੁਸੀਂ ਦੱਸੋ ਸਿਹਤਾਂ ਠੀਕ ਨੇ ਹਾਂ ਠੀਕ ਠਾਕ ਮੇਰਾ ਸਾਰਾ ਕੁਝ ਠੀਕ ਫਸਲਵਾੜੀ ਕੀ ਕਹਿੰਦੀ ਆ ਫਸਲਵਾੜੀ ਠੀਕ ਆ ਸਿਹਤਾਂ ਠੀਕ ਆ ਗਾਗਾ ਲਾਡ ਠੀਕ ਨਹੀਂ ਭਰਾਵਾ ਲਾਡੀ ਨੂੰ ਕੀ ਹੋ ਗਿਆ ਉਹ ਤਾਂ ਵਧੀਆ ਸੀ ਜੇ ਵਧੀਆ ਹੁੰਦਾ ਫਿਰ ਮੈਨੂੰ ਕੀ ਲੋੜ ਸੀ 8 ਦਿਨ ਹੋ ਗਏ ਮੈਨੂੰ ਫੋਨ ਭੇਜਿਆ ਤੇਰੇ ਪਾਪੇ ਨੂੰ ਉਹਨੇ ਮੇਰੀ ਗੱਲ ਹੀ ਸੁਣੀ ਅੱਜ ਰਹਿੰਦਾ ਖੁਦਾ ਤੈਨੂੰ ਭੇਜਦਾ ਚੱਲ ਤੂੰ ਕਿਹੜਾ ਨਿਆਣਾ ਸਿਆਣਾ ਉਹ ਐ ਸੀ ਬੱਬੜ ਜੀ ਡੈਡੀ ਨੂੰ ਸੀਗਾ ਕੰਮ ਉਤੋਂ ਮੈਨੂੰ ਕਹਿੰਦਾ ਚੱਲ ਦੇਖ ਵਿਆਹ ਤੋਂ ਬਾਅਦ ਕਹਿੰਦਾ ਨਾ ਤਾਂ ਤੂੰ ਉੱਥੇ ਜਾ ਕੇ ਆਇਆ ਕਹਿੰਦਾ ਤੇਰੀ ਭੂਆ ਜੀ ਕੋਲ ਨਾਲੇ ਤਾਂ ਤੂੰ ਗੇੜਾ ਮਾਰਿਆ ਨਾਲੇ ਕਹਿੰਦਾ ਕੋਈ ਕੰਮ ਕਹਿੰਦੇ ਸੀ ਕੀ ਗੱਲ ਆ ਮੈਨੂੰ ਦੱਸ ਦੇ ਮੈਂ ਹੱਲ ਕਰ ਚੰਗਾ ਹੋ ਗਿਆ ਪੁੱਤ ਤੂੰ ਮਿਲ ਗਿਆ ਆ ਗਿਆ ਵਿਆਹ ਤੋਂ ਮਗਰ ਤਾਂ ਸੋਚ ਲੈ ਵਧੀਆ ਗੱਲ ਹੋਈ ਗੱਲ ਕਰ ਵੀ ਕੰਮ ਤਾਂ ਇਹੀ ਸੀ ਮਾੜਾ ਮੋਟਾ ਕੋਈ ਇਹਦੇ ਖਾਨੇ 'ਚ ਗੱਲ ਪਾ ਪਾਵਾ ਇਹਨੂੰ ਕੋਈ ਗੱਲ ਸਮਝਾ ਕੇ ਜਾ ਕੋਈ ਮਤਤਾ ਜਿਹਨੂੰ ਕਿਉਂ ਹੁਣ ਇਹ ਜੀ ਕੀ ਹੈਂਡ ਕਰੀ ਬੈਠਾ ਬਸ ਦੇਖ ਲਓ ਅੰਦਰ ਪਿਆ ਹੋਊਗਾ ਅਸੀਂ ਤਾਂ ਪੁੱਤ ਜਮੀ ਲੈ ਲੇ ਜਿੱਧਰੋਂ ਆਉਂਦਾ ਟੱਕੇ ਆਉਂਦਾ ਜਿੱਧਰੋਂ ਆਉਂਦਾ ਟੱਕੇ ਆਉਂਦਾ ਅੱਛਾ ਜੀ ਫਿਰ ਇੱਕ ਤਰੀਕਾ ਹੈਗਾ ਮੇਰੇ ਕੋਲ ਫੁੱਪੜ ਜੀ ਕੀ ਤਰੀਕਾ ਹੋ ਗਈ ਜੂੜ ਪਾ ਦੋ ਜੂੜ ਪਾ ਕੇ ਫਿਰ ਇਸ ਰੱਸੇ ਦੇ ਜੂੜ ਕਿੰਨੇ ਕਿਤੇ ਪਾਈ ਜਾਵਾਂਗੇ ਉਹ ਜੂੜ ਦੀ ਗੱਲ ਨਹੀਂ ਕਰਦਾ ਹੋਰ ਜਿਵੇਂ ਆ ਜੂੜ ਦੀ ਗੱਲ ਕਰਦਾ ਜਿਹੜਾ ਮੇਰੇ ਪੈ ਗਿਆ ਵਿਆਹ ਦੋ ਅੱਛਾ ਪਰ ਤੂੰ ਆ ਲਾ ਤੂੰ ਪੁੱਠਿਆ ਜਾ ਗਿਆ ਹੋਰ ਹੀ ਕਰੀ ਜਾਵਾਂ ਜੂੜ ਹੀ ਦੱਸ ਦੇ ਜੂੜ ਦੱਸ ਦੇ ਉਹ ਨਹੀਂ ਉਹ ਤਾਂ ਕਹਿਣ 'ਚ ਗੱਲ ਆ ਜਾਂਦੀ ਹੈ ਇਹ ਜੀ ਸਿਆਣੀ ਕੁੜੀ ਮਿਲ ਗਈ ਤੈਨੂੰ ਜੂੜ ਪਾ ਦੇ ਉਹ ਚੱਲ ਮੈਂ ਤਾਂ ਚੇੜ ਉਂ ਕਰਨ ਲੱਗ ਗਿਆ ਲਾਡੀ ਦਾ ਇਹੀ ਹੱਲ ਆ ਜੇ ਨਹੀਂ ਲੋਟ ਆਉਂਦਾ ਵਿਆਹ ਤੋਂ ਜਦੋਂ ਪੈ ਗਈ ਕਬੀਲਦਾਰੀ ਤੱਕੜਿਆਂ ਨੂੰ ਸਿੱਧਾ ਹੋ ਜਾਊਗਾ ਉਪਰ ਮੂਰਖਾ ਮੈਨੂੰ ਇਹ ਦੱਸ ਹਾਂ ਵੀ ਤੂੰ ਕਹਿੰਦਾ ਜੋ ਉਹ ਇੰਨਾ ਸ਼ਰਾਬੀ ਖਰਾਬੀ ਹੋਇਆ ਰਹਿੰਦਾ ਉਹਨੂੰ ਪਤਾ ਕਿਹੜਾ ਕਰੂਗਾ ਮੇਰੀ ਗੱਲ ਸੁਣ ਜਿਹੜੀ ਵਿਚੋਲਣ ਨੇ ਮੇਰਾ ਰਿਸ਼ਤਾ ਕਰਾਇਆ ਨਾ ਉਹਦੇ ਨਾਲ ਗੱਲ ਕਰ ਲੈਂਦੇ ਆ ਕੁੜੀ ਲੱਭ ਲੈਂਦੇ ਆਪਾਂ ਇਹਦਾ ਵਿਆਹ ਕਰ ਦਿੰਦੇ ਇਹ ਤਾਂ ਅੱਖ 'ਚ ਪਾਇਆ ਨਹੀਂ ਰੜਕਣਾ ਇਹ ਤਾਂ ਤੇਰੀ ਗੱਲ ਮੰਨਦਾ ਵੀ ਰਿਸ਼ਤੇਦਾਰ ਤਾਂ ਕਰਾਰ ਨਾ ਹੁੰਦਾ ਕਿਉਂ ਉਹਨੂੰ ਸੋਚਦੇ ਜਿਹੜਾ ਹੋਰ ਕਿਸੇ ਨੂੰ ਕਹਿੰਦਾ ਉਹ ਨਹੀਂ ਕਰਾਉਂਦਾ ਜਿਹੜਾ ਹੁਣ ਤੇਰਾ ਕੋਈ ਕਰਾਇਆ ਉਹਨੂੰ ਤਾਂ ਤੂੰ ਕਿਵੇਂ ਸਮਝਾਵੇਂਗਾ ਕੀ ਕਰੇਗਾ ਆਪੇ ਤੇਰੇ ਸਿਰ ਗੱਲ ਮੈਂ ਕਰਾ ਦੇ ਭਾਈ ਉਹ ਮੈਂ ਕਰਾ ਦਿੰਦਾ ਨਾਲੇ ਮੇਰੀ ਗੱਲ ਸੁਣੋ ਜੀ ਇਹ ਕਿਹੜਾ ਕੋਈ ਨਿੱਤ ਦਾ ਸ਼ਰਾਬੀ ਸੀ ਆ ਹੁਣੀ ਲੱਛਣ ਪਹਿਲਾਂ ਤਾਂ ਚੰਗਾ ਭਲਾ ਮੈਂ ਦੇਖਿਆ ਉਹਨੂੰ ਜਾਣਦਾ ਨਹੀਂ ਮੈਂ ਕੋਈ ਹਾਂ ਦੀ ਨਹੀਂ ਆ ਦੇਖ ਲੈ ਮੈਂ ਮਾਰ ਜਾ ਆ ਗਿਆ ਦੇਖ ਲੈ ਮੱਤੀ ਵਾਲਾ ਬੰਦੂ ਉਹ ਮੇਰੇ ਦਾ ਹਾਲ ਠੀਕ ਆ ਆ ਕੀ ਜਲੂਸ ਕੱਢੀ ਫਿਰਦਾ ਤੂੰ ਬਸ ਠੀਕ ਆ मेरी गल सुनो जी फुफड़ जी मेरी गल सुन लाडी एक महीना खड़ जा दारू छड़ दे अज तो अगले महीने आईफोन आ जाऊगा ਇਹਦਾ ਨਹੀਂ ਆਉਂਦਾ ਬਈ ਤਿੰਨ ਮਹੀਨੇ ਹੋ ਗਏ ਮਿਹਨਤਾਂ ਕਰਦੇ ਨੂੰ ਪਹਿਲਾਂ ਤੂੰ ਮੇਰੇ ਨਾਲ ਵਾਅਦਾ ਕਰ ਵੀ ਤੂੰ ਅੱਜ ਤੋਂ ਬਾਅਦ ਦਾਰੂ ਨਹੀਂ ਪੀਂਦਾ ਆਈਫੋਨ ਆ ਜਾਊਗਾ ਕਿਹਦੇ ਵਿਆਹ ਤੋਂ ਬਾਅਦ ਆਈਫੋਨ ਆ ਜਾਊਗਾ ਮੇਰੀ ਗੱਲ ਸੁਣ ਬੰਦੂ ਕੁੜਾ ਤੂੰ ਭਾਈ ਵਿਆਹ ਕਰਾ ਤੇਰੇ ਵਿਆਹ ਤੋਂ ਨਾਲ ਹੀ ਤੈਨੂੰ ਆਈਫੋਨ ਆ ਜਾਊਗਾ ਵਾ ਵਾ ਬਾਪੂ ਤੇਰੇ ਪਹਿਲਾਂ ਤੂੰ ਕਹਿੰਦਾ ਭੈਣ ਦੇ ਵਿਆਹ ਤੋਂ ਬਾਅਦ ਆ ਜਾਊਗਾ ਹੁਣ ਮੇਰੇ ਵਿਆਹ ਤੋਂ ਬਾਅਦ ਆ ਜਾਊਗਾ ਇਹ ਤਾਂ ਤੇਰੀ ਕਮਾਲ ਹੋ ਗਈ ਬਾਪੂ ਮੇਰੀ ਗੱਲ ਸੁਣ ਲਾ ਮੈਂ ਦੱਸੋ ਵੱਡਾ ਵੀ ਆ ਤੈਨੂੰ ਗੁੱਸੇ ਨਾਲ ਵੀ ਸਮਝਾ ਸਕਦਾ ਤੇ ਪਿਆਰ ਨਾਲ ਵੀ ਸਮਝਾ ਸਕਦਾ ਹੁਣ ਅਸੀਂ ਜਿਵੇਂ ਕਰਾਂਗੇ ਨਾ ਤੈਨੂੰ ਓਵੇਂ ਚੱਲਣਾ ਪਊਗਾ ਜਾਂ ਤੂੰ ਜਾ ਕੇ ਰਾਮ ਕਰ ਮੈਂ ਨਾ ਫੁੱਫੜ ਜੀ ਨਾਲ ਗੱਲ ਕਰਨੀ ਹੈ ਗੱਲ ਕਰਨੀ ਹੈ ਬਾਈ ਮੇਰੀ ਗੱਲ ਸੁਣ ਲਾ ਵਿਆਹ ਵੀ ਮੈਂ ਕਰਾਉਂਗਾ ਕਰਾਉਂਗਾ ਫਿਰ ਜੇ ਆਈਫੋਨ ਹੋਊਗਾ ਆਈਫੋਨ ਤੋਂ ਬਿਨਾ ਵਿਆਹ ਹੁੰਦਾ ਨਹੀਂ ਤੇ ਨਾ ਆਈਫੋਨ ਤੋਂ ਬਿਨਾ ਦਾਰੂ ਛੁੱਟੇ ਜੇ ਦਾਰੂ ਛੁਡਾਉਣੀ ਹੈ ਤਾਂ ਆਈਫੋਨ ਦੇ ਨਾਲ ਹੀ ਛੁੱਟੋ ਕੋਈ ਨਾ ਫਿਕਰ ਨਾ ਕਰ ਬੱਲਿਆ ਤੇਰੀ ਦਾਰੂ ਵੀ ਛੱਡੀ ਜਾਊਗੀ ਜਾਂ ਤੂੰ ਰਾਮ ਕਰ ਤੁਸੀਂ ਬੋਲਦਾ ਜੀ ਕਿੱਧਰ ਨਹੀਂ ਅਸੀਂ ਤਾਂ ਪੁੱਤ ਪੈਸੇ ਨਹੀਂ ਦਿੰਦੇ ਨੂੰ ਸਾਰਾ ਬਾਰੇ ਇਹ ਆਰਤੀ ਨੂੰ ਪਤਾ ਆਰਤੀ ਦੇ ਪੈਸੇ ਸੇ ਚੜਾਈ ਜਾਂਦਾ ਮੇਰੀ ਗੱਲ ਸੁਣੋ ਫੁੱਪੜ ਜੀ ਇੱਕ ਤਾਂ ਆਰਤੀਆਂ ਨੂੰ ਫੋਨ ਕਰਕੇ ਕਹਿੰਦੇ ਵੀ ਪੰਜੀ ਨਹੀਂ ਦੇਣੀ ਇੱਕ ਅਸੀਂ ਨਾ ਅੱਜ ਹੀ ਜਾਣੀ ਆਰਤੀ ਦਾ ਕਹਿੰਦੇ ਨੂੰ ਉਹ ਤੁਹਾਡੇ ਨਾਲ ਦੇ ਪਿੰਡ ਸਰਪੈ ਵਿੱਚ ਕੰਨਾ ਮੁੰਡਾ ਸੀਗਾ ਉਹਨਾਂ ਨੇ ਰੂਮ ਤੋਂ ਸਭ ਕੁਝ ਸੁਣੋ ਉਹ ਪਾ ਲੈ ਕੇ ਮਰ ਗਿਆ ਮਰੋ ਅਸੀਂ ਕੀ ਕਰਾਂਗੇ ਛੋਟੇ ਵਰਗੀ ਕਹੇ ਲੱਗ ਜਾਂਗੇ ਘਟ ਪੱਟਿਆ ਜਾਊ ਭੂਆ ਜੀ ਮੇਰੀ ਗੱਲ ਸੁਣੋ ਅਸੀਂ ਅੱਜ ਹੀ ਜਾਂਦੇ ਆ ਜਾ ਕੇ ਨਾ ਮੈਂ ਵਿਚੋਲੇ ਨਾਲ ਗੱਲ ਕਰਦਾ ਤੇ ਇਹਦੇ ਨਾਲ ਆਪਾਂ ਹੁਣੀ ਵਿਆਹ ਕਰ ਦਿੰਦੇ ਆ ਬਸ ਇਹ ਕੰਮ ਕਰਦੇ ਇਹ ਮੰਨਦਾ ਪਰ ਮੈਂ ਆਰਤੀ ਪੁੱਤ ਕਹਿ ਨਹੀਂ ਸਕਦਾ ਸੋਚਾ ਆ ਨਾ ਲੋਕ ਗਾਲਾਂ ਦੇਣ ਲੱਗ ਜਾਣਗੇ ਵੀ ਕੰਜਰ ਨੇ ਘਰ ਪੱਟ ਲਿਆ ਉਹਦਾ ਆਪ ਪੱਟ ਲਿਆ ਮੈਨੂੰ ਗੱਲ ਸੁਣ ਲਾ ਜਿਹੜੀ ਮਾੜੀ ਲੜ ਕਵੇ ਗਾਲਾਂ ਬੁੜੇ ਨੂੰ ਮਿਲਦੀਆਂ ਹੋਈਆਂ ਜੇ ਤਾਂ ਕੁਛ ਉਹਨੂੰ ਕਹਿੰਦਾ ਨਹੀਂ ਤਾਂ ਦਾ ਅਲਾ ਕਹਿੰਦਾ ਕੰਜਰ ਨੂੰ ਸਮਝਾਉਂਦਾ ਫਿਰ ਵੀ ਕੰਜਰ ਜੇ ਕੁਛ ਕਹਿੰਦਾ ਫਿਰ ਅਲਾ ਕਹਿੰਦਾ ਕਿ ਕੰਜਰ ਇਹਦੇ ਨਾਲ ਨਹੀਂ ਕੱਟ ਸਕਦਾ ਚਲੋ ਕੋਈ ਗੱਲ ਨਹੀਂ ਫੁੱਪੜ ਜੀ ਗੱਲ ਪਤਾ ਕੀ ਹੈ ਵਿਗੜਿਆ ਤਾਂ ਆਪਣੇ ਲਾੜ ਪਿਆਰ ਨਾਲ ਵੀ ਕੱਲਾ ਕੱਲਾ ਹੈਗਾ ਸੀ ਸਿਰ ਚੜਾ ਲਿਆ ਕੋਈ ਗੱਲ ਨਹੀਂ ਜਿਵੇਂ ਸਿਰ ਚੜਾਇਆ ਉਵੇਂ ਥੱਲੇ ਲਾ ਵੀ ਲਵਾਂਗੇ ਕਾਨ ਮੁੱਤੇ ਇਹਨਾਂ ਆ ਗੱਲਾਂ ਨੇ ਪਟਲੇ ਲੋਕਾਂ ਨੇ ਇਹਨੂੰ ਆ ਚੱਕ ਦੇਤੀ ਆਈ ਫੋਨ ਸੁਪਨੇ 'ਚ ਵੀ ਪਿਆਰਾ
ਜੋ ਬੋਰਡ ਫੁੱਟਣ ਦਾ ਆਈ ਆਈ ਹੁੰਦਾ ਬਸ ਫੋਨ ਹੀ ਹੁੰਦਾ ਫੋਨ ਹੀ ਹੁੰਦਾ ਜੀ ਮਹਿੰਗਾ ਬਹੁਤ ਹੁੰਦਾ ਕੋਈ ਗੱਲ ਨਹੀਂ ਆਈਫੋਨ ਤੈਨੂੰ ਇਹੋ ਜਿਹਾ ਦਵਾਵਾਂਗੇ ਜ਼ਿੰਦਗੀ ਭਰ ਯਾਦ ਰੱਖੂਗਾ ਤੇ ਅਸੀਂ ਨਾ ਚੱਲਦੇ ਆ ਬਹੁਤ ਟਾਈਮ ਹੋ ਗਿਆ ਚਾਹ ਪਾਣੀ ਲੈ ਪੀ ਤੇ ਹੁਣ ਜਿਹੜਾ ਕੰਮ ਜ਼ਰੂਰੀ ਹੈ ਨਾ ਇਹ ਤੇ ਵਿਆਹ ਦਾ ਪਹਿਲਾਂ ਉਹੀ ਕਰਦੇ ਆ ਯਾਰ ਕੀ ਪਤਾ ਪੁੱਤ ਤੇਰੇ ਹੀ ਬੋਲ ਸੁਲੱਖਣਾ ਹੋ ਜੇ ਸੁਧਰ ਜੇ ਤੁਸੀਂ ਭੂਆ ਜੀ ਫਿਕਰ ਨਾ ਕਰੋ ਚੱਲ ਫਿਰ ਚੱਲੀਏ ਆਪਾਂ ਚਲੋ ਇਹ ਕੰਮ ਤਾਂ ਕਰਨਾ ਪਊਗਾ ਆਪਾਂ ਤੁਸੀਂ ਰਾਏ ਪਾਉਂਦੇ ਅੱਜ ਰਹਿੰਦੇ ਨਹੀਂ ਹੈਗੇ ਜਿਹੜੇ ਆ ਹਾਲਾਤ ਆ ਨਾ ਲਾਡੀ ਦੇ ਦੇਖ ਕੇ ਮੈਂ ਨਹੀਂ ਰਹਿੰਦਾ ਹੈਗਾ ਪਹਿਲਾਂ ਮੈਂ ਨਾ ਵਿਆਹ ਦਾ ਕੰਮ ਹੀ ਕਰਦਾ ਉਹ ਸੋਨੂ ਦਾ ਨਹੀਂ ਕੁਝ ਕਹਿੰਦਾ ਮੈਂ ਰਾਤ ਨੂੰ ਇਹ ਉਹ ਗੱਲ ਕਹਿਣ ਦੀ ਨਹੀਂ ਹੈਗੀ ਫੁੱਫੜ ਜੀ ਗੱਲ ਪਤਾ ਕੀ ਹੈ ਜਦੋਂ ਇਹਦੇ ਗਲ 'ਚ ਰੱਸਾ ਪੈ ਗਿਆ ਨਾ ਇਹ ਆਪੇ ਸਿੱਧਾ ਹੋ ਜਾਊਗਾ ਚਲੋ ਉਹ ਤਾਂ ਕਰਦੇ ਨਹੀਂ ਸਿਆਣੀ ਤੁਸੀਂ ਨਾ ਕੁਝ ਬੋਲਿਓ ਨਾ ਚੰਗਾ ਫਿਰ ਅਸੀਂ ਚੱਲਦੇ ਆ ਹੈ ਚਲ ਕੋ ਨਹੀਂ ਪੁੱਤ ਠੀਕ ਹੈ ਅਸੀਂ ਤੇ ਚੁੱਪੀ ਆ ਸਾ ਹੁਣ ਬੋਲਦੇ ਜਿਵੇਂ ਨਹੀਂ ਬੋਲਦੇ ਤੁਸੀਂ ਬੋਲਣਾ ਫਿਕਰ ਨਾ ਕਰੋ ਕੋਈ ਗੱਲ ਨਹੀਂ ਹੁਣ ਅਸੀਂ ਆ ਗਏ ਨਾ ਹੁਣ ਅਸੀਂ ਆਪ ਹੀ ਨਵੇੜਦੇ ਆ ਇਸ ਕੰਮ ਨੂੰ ਚੱਲ ਫਿਰ ਚੱਲੀਏ ਆਪਾਂ ਚਲੋ ਚੰਗਾ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਉਹ ਤੁਸੀਂ ਬਾਰੀ ਭੱਜੀ ਭੱਜੀ ਜੀ ਫਤੀਏਗੀ ਕੀ ਭੱਜੀ ਭੱਜੀ ਫਤੀਆ ਮੈਂ ਤਾਂ ਤੁਹਾਨੂੰ ਖੁਸ਼ੀ ਦੀ ਗੱਲ ਦੱਸ ਦਿੱਤੀ ਸੀ ਹਾਂ ਮੇਰਾ ਤਾਂ ਭਤੀਜਾ ਕੱਲ ਕਹਿ ਵੀ ਨਹੀਂ ਗਿਆ ਸੀ ਤੇ ਉਹ ਤਾਂ ਮੈਂ ਲਈ ਆਉਂਦਾ ਗਾ ਉਹਨੂੰ ਬਚੋਲਣ ਨੂੰ ਨਾਲ ਤੇ ਲਾਡੀ ਨੂੰ ਦੇਖਣ ਆਉਂਦੇ ਆ ਰਿਸ਼ਤਾ ਤੇ ਮੈਂ ਤਾਂ ਉਹਨੂੰ ਠਾ ਲਿਆ ਤੇ ਮੈਂ ਪਸੂ ਪੁੱਤ ਕਰਦੇ ਤੂੰ ਪੇਸ਼ਾ ਮੇ ਸਾਰੀਆਂ ਉਹ ਕਿਉਂ ਕਮਲ ਮਾਲ ਦੇ ਰੱਖੀ ਨੇ ਜਿਹੜੀਆਂ ਲੋਕੜੀ ਦੇਵ ਦੇਣ ਕੇ ਦੇਣ ਨੂੰ ਕੀ ਆ ਚਲ ਪੂਰੀ ਖਵਾ ਦੇ ਬਿਸਕੁਟ ਹੀ ਖਵਾ 4 ਰੁਪਏ ਦੀ ਕੀ ਫਰਕ ਪੈਂਦਾ ਹੈ ਵਾਲੇ ਖਵਾ ਦੇ ਮੈਂ ਲਿਆ ਦੇ ਰਿਹਾ ਕੀ ਪਤਾ ਕਿਸ ਮੰਦ ਚ ਨਾਲ ਨੂੰ ਦੱਸ ਉਧਰ ਜੇ ਨਾਲ ਆਪਣੇ ਦੋਨੇ ਕੰਮ ਹੋ ਜਾਣ ਮੈਂ ਤਾਂ ਕੋਈ ਉਹਦਾ ਜੋ ਮੈਂ ਤੁਹਾਨੂੰ ਠਾ ਲੈਣਾ ਹਾਂ ਉਹਨੂੰ ਕਰਿਆ ਪੀ ਠਾ ਲੈ ਠਾ ਲੈ ਚੱਲ ਤੂੰ ਕਰ ਕਰਦੇ ਬਰ ਬਸ ਹਮ ਸ਼ਾਮੇ ਤੁਮੇ ਕਰਦੇ ਨਾ ਪਾਣੀ ਪੈ ਬੈਠ ਉਹ ਸੁਦਾ ਬਸ ਸਾਰੇ ਕਾਗ ਪੰਦਰ ਪਿਆਦਾ ਅਡੋੜੀ ਖਾਮੇ ਕਿਤੇ ਦੇ ਬੰਨਦੇ ਮੈਂ ਤਾਂ ਬਸ ਉਹ ਇੱਕ ਦਿਨ ਤੋਂ ਬਾਅਦ ਕੇ ਮਾਂ ਕੋ ਦਾਰ ਮਾਂ ਸੁਣਤਾ ਹੀ ਉਹ ਕੋਈ ਨਾਮ ਤੁਮੇ ਮੁੱਠੀ ਆਏ ਹੁ ਬੈਠਾ ਤੇ ਦਰਦ ਨਾ ਵੀ ਦਰਾਂ ਮਾਂ ਦਾ ਕਰਾ ਕੇ ਦਿੱਤਾ ਕਿ ਉਸਰਾ ਨਹੀਂ ਹੋਣਾ ਕਿ ਉਹ ਚੱਕੀ ਨੇ ਨਾ ਪੀ ਮੈਂ ਤਾਂ ਤਾਂ ਮਾੜੇ ਹੁ ਕਹਿ ਦੇ ਤਾਂ ਹਲਾ ਮੈਂ ਕਿ ਥੋਣਾ ਨੂੰ ਜਿਹਨੇ ਦੇਖਣਾ ਹੀ ਦੇਖ ਲੂ ਬਾਪੂ ਨਾਲੇ ਮੈਨੂੰ ਮੈਂ ਬੈਠਾ ਸਾਡਾ ਮੁੰਡਾ ਤੇ ਆ ਮੁੰਡੇ ਦੇ ਮੰਮੀ ਡੈਡੀ ਆ ਜ਼ਮੀਨ ਜਾਇਦਾਦ ਮੈਂ ਤਾਂ ਸਾਰੀ ਦੱਸਦੀ ਸੀ ਤੇ ਇਹਨਾਂ ਨੇ ਤੁਹਾਨੂੰ ਦੱਸਤੀ ਹੋਊਗੀ ਬਾਕੀ ਹੁਣ ਸਾਹਮਣੇ ਬੈਠੇ ਹੋ ਮੂੰਹ ਤੇ ਜਿਹੜੀ ਗੱਲ ਹੋ ਜਾਂਦੀ ਉਹ ਕੁਛ ਹੋਰ ਹੁੰਦੀ ਹੈ ਕੱਲ ਨੂੰ ਮੈਨੂੰ ਲਾਮਾ ਦਿਓ ਜਾਂ ਵਿਚੋਲਣ ਨੂੰ ਲਾਮਾ ਦੋਗੇ ਹੈਨਾ ਉਹ ਗੱਲ ਨਹੀਂ ਬਣਦੀ ਹੈਗੀ ਆਪਦੀ ਗੱਲ ਖੋਲ ਲਓ ਹੁਣੀ ਕਿੰਨਾ ਪੜਾ ਹੈ ਤੁਹਾਨੂੰ ਮੁੰਡਾ ਪਲੱਸ 2 ਕਰੀਏ ਭੈਣ ਜੀ ਕਿੰਨੇ ਲੱਗਾ ਕੰਮ ਧੰਦਾ ਵੀ ਸਾਡੇ ਨਾਲ ਕਰਾਉਂਦਾ ਪੜ੍ਹਦਾ ਵਾ ਕੰਮ ਧੰਦਾ ਵੀ ਨਾਲ ਕਰਾਉਂਦਾ ਹੈਗਾ ਇਹੋ ਜਿਹੀ ਗੱਲ ਨਹੀਂ ਬਾਕੀ ਦੇਖੋ ਜੇ ਮੁੰਡੇ ਦੀ ਤਸੱਲੀ ਹੁੰਦੀ ਹੈ ਇਹਨੂੰ ਮੁੰਡੇ ਨੂੰ ਪੁੱਛ ਲਓ ਅਤੇ ਜਾਇਜ਼ਾਦ ਤਾਂ ਦੇਖੋ ਹੁਣ ਲੁਕਦੀ ਨਹੀਂ ਜਿੱਥੇ ਮਰਜ਼ੀ ਦੇਖ ਲਓ ਭੂਆ ਇੱਥੇ ਫਰੋੜ ਲਓ ਤੁਸੀਂ ਇੱਥੇ ਪਤਾ ਲੱਗ ਜੂ ਜਾਇਜ਼ਾਦ ਤਾਂ ਗੱਪ ਵੱਜਦੇ ਨਹੀਂ ਮੁੰਡੇ ਦੀ ਤਸੱਲੀ ਹੋਣੀ ਚਾਹੀਦੀ ਉਹ ਤੁਸੀਂ ਇਹਨੂੰ ਬਾਈ ਪੁੱਛ ਲਓ ਜੇ ਇਸ ਗੱਲ 'ਤੇ ਕੋਈ ਫਰਕ ਸ਼ਰਕ ਹੋਏ ਤਾਂ ਦੇ ਦਾ ਰਹਾ ਸੀ ਕਰੀ ਕੰਮ ਕਰਦਾ ਮੁੰਡਾ ਨਾ ਪੜ੍ਹਦਾ ਹੈਗਾ ਉਹ ਨਾਲ ਸਾਡੇ ਕੰਮ ਕਰਾਉਂਦਾ ਹੈਗਾ ਨਾਲ ਕਰਾਉਂਦਾ ਵੀ ਕੰਮ ਕੁੜੀ ਸਿਆਣੀ ਹੋਵੇ ਕੋਈ ਕੰਮ ਵਾਲੀ ਜਿਹਨੇ ਧੀ ਦੇਤੀ ਕੀ ਲੁਕੋ ਕੇ ਰੱਖਿਆ ਕੋਈ ਮੰਗ ਨੀ ਕੋਈ ਲੀੜੇ ਕੱਪੜੇ ਦੀ ਨੀ ਮੇਰੀਆਂ ਤਾਂ ਆਪਦੀਆਂ ਨਾ 3 ਪੇਟੀਆਂ ਭਰੀਆਂ ਪਈਆਂ ਲੇ ਫਰਜਾਈਆਂ ਦੀਆਂ ਆਪਾਂ ਤਾਂ ਸੰਤਾਂ ਕਾਸੇ ਦੀ ਲੋੜ ਨੀ ਚਾਚੀ ਜਿੰਨਾ ਤੂੰ ਮੈਨੂੰ ਕੁਝ ਦੱਸ ਕੇ ਲਈ ਇਹਨਾਂ ਮੁੰਡੇ ਚ ਕੁਝ ਮੈਨੂੰ ਲੱਗਦਾ ਤਾਂ ਫਿਰ ਮੈਂ ਤਾਂ ਉਹਦੇ ਕਹਿਣ ਤੇ ਜਿਵੇਂ ਮੈਨੂੰ ਦੱਸਿਆ ਮੈਂ ਤਾਂ ਉਸ ਹਿਸਾਬ ਨਾਲ ਤਸੱਲੀ ਕੀਤੀ ਸੀ ਮੁੰਡਾ ਸੋਹਣਾ ਸੁਨੱਖਾ ਕਹਿੰਦੇ ਜ਼ਮੀਨ ਜਾਇਦਾਦ ਵਧੀਆ ਹੈਗੀ ਆ ਜਾਇਦਾਦ ਤਾਂ ਹੈਗੀ ਆ ਚਾਚੀ ਜ਼ਮੀਨ ਜਾਇਦਾਦ ਹੈਗੀ ਤੇ ਮਾਂ ਪਿਓ ਵੀ ਨਰਮ ਲੱਗਦਾ ਕੱਲ੍ਹ ਤਾਂ ਮੁੰਡਾ ਮੈਨੂੰ ਸਿਧਰਾ ਲੱਗਦਾ ਵੇਖ ਭਾਈ ਰਿਸ਼ਤੇ ਤਾਂ ਮੈਂ ਬਥੇਰੇ ਕਰਾਉਣੀ ਆ ਠੀਕ ਹੈ ਨਾ ਅੱਗੇ ਇਹੋ ਜਿਹੀ ਕੋਈ ਗੱਲ ਹੋਈ ਤਾਂ ਹੈ ਨਹੀਂ ਗੀ ਬਾਕੀ ਤੁਸੀਂ ਭਾਈ ਅਜੇ ਪਹਿਲਾਂ ਤਸੱਲੀ ਕਰ ਲਓ ਮੈਂ ਤਸੱਲੀ ਕਰ ਲਈ ਮੈਂ ਰੋਜ਼ ਬੰਦਿਆਂ 'ਚ ਹੀ ਰਹਿੰਦਾ ਆਈ ਆਈ ਫੋਨ ਕਰੀ ਜਾਂਦਾ ਮੁੰਡਾ ਮੁੰਡਾ ਸਿਧਰਾ
ਦੇਖ ਭਾਈ ਤੂੰ ਸੋਚ ਸਮਝ ਕੇ ਆਦਾ ਦੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਬਸ ਮੇਰੇ ਵੱਲੋਂ ਜਵਾਬ ਹੈ ਤੂੰ ਜਵਾਬ ਦੇ ਦੇ ਜਾ ਕੇ ਚੱਲ ਜਿਵੇਂ ਤੈਨੂੰ ਠੀਕ ਲੱਗਦਾ ਭਾਈ ਉਪੜਾ ਤੈਨੂੰ ਮੈਂ ਸਮਝਾਇਆ ਸੀ ਇਹਨੂੰ ਲੈਕੀਆਂ ਲੂਜੀਆਂ ਕਹਿੰਦਾ ਕਿਵੇਂ ਮੁਸਕ ਮਾਰੀ ਜਾਂਦਾ ਦਾਰੂ ਦੀ ਉਹ ਬਾਈ ਮੇਰੀ ਗੱਲ ਸੁਣ ਮੰਟੂ ਮੈਂ ਤੈਨੂੰ ਕੱਲ੍ਹ ਵੀ ਦੱਸਿਆ ਸੀਗਾ ਕਿ ਬਈ ਮੈਨੂੰ ਆਈਫੋਨ ਚਾਹੀਦਾ ਆਈਫੋਨ ਤੋਂ ਬਿਨਾਂ ਵਿਆਹ ਨਹੀਂ ਕਰਨਾ ਅਤੇ ਤੂੰ ਉਹਨਾਂ ਨੂੰ ਦੱਸ ਕੇ ਲੈ ਕੇ ਆਉਣਾ ਸੀ ਮੈਂ ਤਾਂ ਮੰਗ ਆਈਫੋਨ ਰੱਖਣੀ ਸੀਗੀ ਆਏ ਰਿਸ਼ਤੇਦਾਰ ਆਈਫੋਨ ਤਾਂ ਤੈਨੂੰ ਮੈਂ ਦੋ ਮਿੰਟਾਂ 'ਚ ਦੇ ਦਿੰਦਾ ਨਹੀਂ ਤੂੰ ਲੈ ਜਿਹਾ ਤਾਂ ਜੀਵ ਨੂੰ ਦਿਖਾਉਂਦਾ ਜੇ ਜੀਵ ਨੂੰ ਕਰਦਾ ਆਈ 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 ਕਰ ਲਿਆ ਸਰ ਚੱਲ ਕੋਈ ਐ ਕਰੋ ਰੋਟੀ ਸਬਜ਼ੀ ਤਾਂ ਕਰ ਲਓ ਇਹਨਾਂ ਨੂੰ ਭੁੱਖ ਲੱਗੀ ਹੋਣੀ ਦੂਰੋਂ ਚੱਲ ਕੇ ਆਏ ਨਹੀਂ ਰੋਟੀ ਸਬਜ਼ੀ ਤਾਂ ਕੋਈ ਨਹੀਂ ਕਰਦੀ ਲੋੜ ਅਸੀਂ ਰੋਟੀ ਖਾ ਕੇ ਭੈਣ ਜੀ ਸੰਡਣ ਵਾਲੀ ਕੋਈ ਗੱਲ ਨਹੀਂ ਆਟਾ ਖੜਿਆ ਪਰ ਖਾਧੀ ਬਣੀ ਨਹੀਂ ਨਹੀਂ ਭੈਣ ਜੀ ਜਦੋਂ ਤੁਸੀਂ ਤੇਰਾ ਜੇ ਖਾ ਲਾਂਗੇ ਹੁਣ ਸਾਨੂੰ ਥੋੜ੍ਹੀ ਜਿਹੀ ਕਾਹਲੀ ਆ ਗਈ ਨਾਲੇ ਇਹਨੂੰ ਮੁੰਡੇ ਨੂੰ ਕੰਮ ਲਾ ਕੇ ਅਤੇ ਬਾਕੀ ਆਏ ਹੈਗਾ ਸਾਨੂੰ ਪਹਿਲਾਂ ਘਰ ਬਾਰ ਸਾਰਾ ਸਾਰਾ ਵਧੀਆ ਜਿਹੀ ਗੱਲ ਠੀਕ ਹੈ ਅਤੇ ਬਾਕੀ ਗੱਲ ਅਸੀਂ ਘਰੇ ਰਹਿ ਕਰਦੇ ਚਲੋ ਕੋਈ ਨਾ ਜਿਵੇਂ ਤੁਹਾਨੂੰ ਲੋਟ ਲੱਗਦਾ ਹਾਂ ਵੀ ਕਰ ਲਿਓ ਰਹਿ ਕੋਈ ਨਾ ਆਈਫੋਨ ਦੀ ਵੀ ਰਹਿ ਕਰ ਲਿਓ ਠੀਕ ਹੈ ਚੰਗਾ ਜੀ ਸਤਿ ਸ਼੍ਰੀ ਅਕਾਲ ਆਉਣਾ ਮੈਂ ਵੀ ਤੁਸੀਂ ਬੈਠੋ ਗੱਡੀ 'ਚ ਬਿਸਕੁਟਾਂ ਤੇ ਖਰਚਾ ਕਰਤਾ ਮੈਨੂੰ ਆਈਫੋਨ ਨੂੰ ਪੈਸੇ ਜਾ ਜਾਂਦਾ ਮੇਰਾ ਤਾਂ ਭਤੀਜਾ ਲਿਆਊਗਾ ਪੱਕੀ ਗੱਲ ਨਹੀਂ ਜੇ ਜੀ ਮਾਰੇ ਤੇਰਾ ਭਤੀਜਾ ਕੀ ਕਰੂਗਾ ਇਹ ਤਾਂ ਰਿਸ਼ਤੇਦਾਰਾਂ ਨੂੰ ਵੀ ਤੋੜ ਦੂਗਾ ਆਪਾਂ ਨੂੰ ਕੋਈ ਰੱਸਾ ਦਾ ਹੀ ਤੇਰਾ ਭਤੀਜਾ ਦੇ ਘਰ 'ਚ ਪਾ ਕੇ ਮੁੜ ਜੂਗਾ ਕੁੜੀ ਹੈ ਜਿਹੜੀ ਵਾਲੇ ਨੇ ਸਭ ਕੁਝ ਦੇਖੂਗਾ ਸਭ ਕੁਝ ਕਰਦਾ ਇਹਦਾ ਅੱਜ ਕੱਲ੍ਹ ਕੌਣ ਉਹ ਕਰਦਾ ਯਕੀਨ ਆਏ ਗੱਲਾਂ ਦੇ ਜੇ ਨਾ ਬੋਲਦਾ ਸੋਹਣਾ ਸੁਨੱਖਾ ਦਾ ਬਥੇਰਾ ਬਣ ਗਿਆ ਸੋਹਣੇ ਸੁਨੱਖੇ ਵੀ ਚੱਟਣੇ ਵਾਲੇ ਨੇ ਵੀ ਫੋੜਾ ਸੀਗਾ ਵੀ ਇਹ ਬਲੂਸਰ ਕੇ ਰੱਖੂ ਵਾਲਾ ਕਿਉਂ ਲੜੀ ਜਾਂਦਾ ਹਜੇ ਤਾਂ ਅਗਲਾ ਆਪਦੇ ਘਰੇ ਜਾ ਕੇ ਰਾਏ ਬਣਾਊਗਾ ਰਾਏ ਕਰਕੇ ਦੱਸਣਗੇ ਕੀ ਪਤਾ ਉਹਦੀ ਕਿਸਮਤ ਤੇਜ਼ ਹੋਵੇ ਹੋ ਹੀ ਜਾਵੇ ਹਜੇ ਹਾਮੀਆਂ ਕਰਨ ਨੂੰ ਹਰਦੀ ਹਜੇ ਹਾਮੀ ਉੱਡਣ ਹਰਦੀ ਜੇ ਰਾਇ ਹੁੰਦੀ ਹਾਲੇ ਦੀ ਹੁਣ ਖੰਮਣੀ ਬੰਨ ਕੇ ਜਾਂਦਾ ਇਹ ਕੋਈ ਧੁੱਪਣਾ ਨਹੀਂ ਚਿੱਟਿਆ ਵੀ ਧੁੱਪਣਾ ਇਹਦਾ ਮੈਂ ਰੋਜ਼ ਹੀ ਦੇਖਦਾ ਜੇ ਗੱਲ ਲੋਕਾਂ ਸੁਣਦਾ ਅਗਲਾ ਅਸੀਂ ਕਹਿੰਦਾ ਮੈਂ ਡਾਂਗ ਮਾਰ ਜਾਂਦਾ ਹੁਣ ਤਾਂ ਕੋਈ ਹੋਰ ਅਗਲਾ ਕਹਿੰਦਾ ਰਾਇ ਕਰਾਂਗੇ ਰਾਇ ਕਾਹਦੀ ਹੁੰਦੀ ਹੁਣ ਅਲੀ ਰਹੀ ਹੁੰਦੀ ਜੋ ਇੰਨੀ ਸਹੀ ਦਿੱਤੀ ਸੀ ਮੁੰਡੇ ਨੂੰ ਉਹਨੇ ਆਉਣ ਸਾਰ ਤਾਂ ਉਹਨਾਂ ਨੇ ਕਿੰਨੀਆਂ ਗੱਲਾਂ ਕਰੀਆਂ ਚੰਗੀਆਂ ਜਦੋਂ ਮੁੰਡੇ ਦਾ ਬੂਥੜ ਦੇਖ ਲਿਆ ਅਤੇ ਆ ਦੇ ਲਿਆ ਆਈ ਵੀ ਨੇ ਆਈ ਵੀ ਨੇ ਉਹਦੇ ਰੰਗ ਹੀ ਬਦਲ ਗਏ ਚਿਹਰੇ ਦੇਖ ਲਏ ਉਦੋਂ ਤੂੰ ਤਾਂ ਮੇਰੇ ਪੇਕਿਆਂ ਨੂੰ ਪੀਜਾ ਨਹੀਂ ਲਿਆਉਂਦਾ ਹੁੰਦਾ ਸੀ ਮੇਰਾ ਤਾਂ ਭਤੀਜਾ ਲੈ ਕੇ ਆ ਗਿਆ ਤੇਰੇ ਤਾਂ ਸਕੀਰੀ ਵਾਲੇ ਨੇ ਕਿਸੇ ਨੇ ਕਰਾਇਆ ਵੀ ਨਹੀਂਗਾ ਲੈ ਕੇ ਲਾ ਕੇ ਕਰੇਗੀ ਲੈ ਕੇ ਆ ਗਿਆ ਕਲਾ ਲੈ ਕੇ ਆ ਗਿਆ ਖਵਾ ਤੇ 10 ਰੁਪਏ ਦੇ ਬਿਸਕੁਟ ਉਹਨੇ ਖਵਾ ਗਿਆ ਮੈਂ ਤਾਂ ਭਤੀਜੇ ਨੇ ਮੇਰੀ ਗੱਲ ਨਹੀਂ ਮੂੰਹ ਚੋਂ ਕੱਢਣ ਦਿੱਤੀ ਮੈਨੂੰ ਕਿਉਂ ਕੱਢਣ ਦੇ ਮੈਂ ਗੱਲ ਤੇਰੇ ਭਤੀਜੇ ਨੂੰ ਐਸੀ ਗੱਲ ਵੀ ਦੂਰ ਤੋਂ ਦੀ ਸ਼ਾਮ ਹੁਣ ਪਵਾ ਲੂੰਗਾ ਐ ਨਹੀਂ ਪਤਾ ਮੁੰਡੇ ਦੀ ਬੂਥ ਕਿਹੋ ਜੀ ਆ ਤੂੰ ਤਾਂ ਨੀਚ ਹੈ ਦੂਰ ਤੋਂ ਵਾਲੇ ਦੀ ਕਿਹੜੀ ਪਾਉਣ ਵਾਲਾ ਤੂੰ ਬਾਅਦ ਵਿੱਚ ਦੋ ਜਣੇ ਦਾ ਕੜਾ ਵੀ ਤੂੰ ਪਰ ਕੋਈ ਕਰਾਉਣ ਵਾਲਾ ਬਣੇ ਪਰ ਇਹਦੇ ਲੱਛਣ ਨਹੀਂ ਹੈਗੇ ਤੂੰ ਨਾ ਐਵੇਂ ਜੇ ਤੂੰ ਆਈਫੋਨ ਲੈ ਕੇ ਦੇ ਦਿੰਦਾ ਨਾ ਮੁੰਡੇ ਨੂੰ ਜਮਾ ਸੁਧਰ ਜਾਂਦਾ ਮੁੰਡਾ ਪੱਟਿਆ ਹੀ ਤੂੰ ਆਏ ਓਹੋ ਮੈਂ ਤਾਂ ਡਿੱਗੀ ਪਈ ਨੇਰੇ ਚ ਗੋਡਾ ਫੁੱਟ ਗਿਆ ਮੇਰਾ ਤਾਂ ਸੌਂ ਗਿਆ ਤੂੰ ਬੋਲਦੇ ਨਹੀਂ ਸੌਂ ਗਿਆ ਤੂੰ ਹਾਂ ਕੀ ਗੱਲ ਮੈਂ ਮਰ ਜਾਂ ਤਕਰਾੜੇ ਮਾਰੀ ਜਾਂਦਾ ਦੇਖੀ 10 ਵੱਜ ਗਏ ਤਾਂ ਆਇਆ ਨੀਗਾ ਮੈਂ ਤਾਂ ਨਾ ਹਰ ਕੇ ਹੁਣ ਤੈਨੂੰ ਪੁੱਛਣ ਆਈ ਸੀ ਮੈਨੂੰ ਕਿੱਥੇ ਨੀਂਦ ਆਉਣ ਲੱਗਣੀ ਆ ਆਇਆ ਨੀਗਾ ਨਾ ਵੀ ਜੇ ਤੂੰ ਉਹੀ ਗੱਲ ਆਈ ਹੋਈ ਫੋਨ ਉਹਨੂੰ ਲੈ ਕੇ ਦੇ ਦਿੰਦਾ ਜਬ ਤਾਂ ਨਾ ਹੁੰਦੇ ਨਾਲ ਤਾਂ ਰਿਸ਼ਤਾ ਹੋ ਜਾਂਦਾ ਸਾਰਾ ਕੁਛ ਹੋ ਜਾਂਦਾ ਤੇਰੀ ਜਾਨ ਸਾਰਾ ਕੁਛ ਵਿਗਾੜੀ ਜਾਂਦੀ ਹੈ ਚੱਲ ਕੋਈ ਨਹੀਂ ਗੱਲ ਹਾਂ ਅੱਜ ਦਾ ਟਾਈਮ ਪਰ ਕਰ ਤੜਕੇ ਦੇ ਦਿਆ ਕਿ ਬਸ ਜਾਂਚ ਕਰਦੇ ਕਰਦੇ ਜਾਂ ਤੱਕ ਕੀ ਕਰੋ ਤੂੰ ਤਾਂ ਲੈ ਹੁਣ ਅੱਧੀ ਨੀਂਦ ਲਾ ਲਈ ਮੇਰਾ ਤਾਂ ਸਿਰ ਫੁੱਟੀ ਜਾਂਦਾ ਮੈਂ ਦੱਸ ਕਿੱਧਰ ਜੰਮਾ ਰਾਂ ਕਿੱਧਰ ਮੈਂ ਕਿੱਧਰ ਮੈਨੂੰ ਕਿਉਂ ਨਹੀਂ ਜੂਨ ਕਰਨ ਦਿੰਦੇ ਤੁਸੀਂ ਚੱਲ ਮੈਂ ਮਾੜਾ ਜਿਹਾ ਉਹਦੇ ਕੋਲ ਦੇਖਿਆ ਨਾ ਮੁੰਡੇ ਕੋਲੇ ਗਵਾਂਢੀ ਕੋਲੇ ਆਪਣੇ ਕੋਲ ਕੀ ਉਹਦੇ ਕੋਲ ਨਾ ਤੂੰ ਪੈ ਜਾ ਤੇ ਤਲਕੇ ਮੈਂ ਫਿਰ ਕਰਦਾ ਕੋਈ ਜਾਂ ਤੂੰ ਬਣਾਉਣ ਗੱਲ ਕਿਸ ਪਾਸੋਂ ਫੁਰਕੀ ਆ ਮੈਂ ਤਾਂ ਗੋਡੇ ਦੇ ਮੇਚ ਵੱਜਿਆ ਨੇਰੇ ਚ ਮੈਂ ਤਾਂ ਮੇਚ ਨਹੀਂ ਦਿਸਿਆ ਲਾਈਟ ਲਾ ਲੰਦੀ ਲਾਈਟ ਬੰਦ ਕਰਕੇ ਪੈ ਗਿਆ ਤੂੰ ਤਾਂ ਓਹ ਮੈਨੂੰ ਨੀਂਦ ਨਹੀਂ ਆਉਂਦੀ ਲਾਈਟ ਲੱਗੀ ਚ ਜਾ ਕੇ ਆ ਫਿਰ ਤੂੰ ਉਹਦੇ ਕੋਲ ਚੱਲ ਮੈਂ ਜਾ ਕੇ ਆਉਣਾ ਤੂੰ ਪੈ ਜਾ ਉੱਥੇ ਗੋਲੀ ਲੈ ਲੈ ਕੋਈ ਮੈਂ ਜਾਣਾ ਉਸੇ ਕੋਲ ਹੀ ਹੋਊਗਾ ਹੋਰ ਤਾਂ ਕਿਹਦੇ ਕੋਲ ਹੋਊਗਾ ਉੱਥੇ ਚਲ ਬਣਾ ਇਹਦੇ ਵੀ ਸਾਰੇ ਨੇ ਕੀ ਕਰਦਾ ਉਹਦਾ ਮੈਂ ਹੈਪੀ ਕੋਲ ਵੀ ਦੇਖਿਆ ਦੇਖ ਲਾ ਤੂੰ ਉਹਦੇ ਕੋਲ ਜਿਹੜਾ ਹੁਣ ਮੈਂ ਜਾਂਦਾ ਜਾਂਦਾ ਇੱਕ ਤਾਂ ਲੈਣਾ ਵੀ ਦੇਖ ਦੋ ਪਤਾ ਅਤੇ ਬਾਕੀ ਲੈਣੇ ਮੈਂ ਪੈਸੇ ਦਾ ਫਿਰ ਜਾ ਉੱਥੇ ਕਰਦਾ ਉਹਦਾ ਜੇ ਆ ਗਿਆ ਕਿਸੇ ਪਾਸੋਂ ਉਹਨੂੰ ਕਹੀ ਭਾਈ ਵੀ ਤੇਰਾ ਬਾਪੂ ਪੈਸੇ ਦਾ ਪਤਾ ਲੈਣ ਜਾਂਦਾ ਅਤੇ ਤੂੰ ਬੈਠ ਕਰੇ ਅਤੇ ਤੈਨੂੰ ਮੈਂ ਨਾਲ ਹੀ ਲੈ ਕੇ ਜਾਊਂਗਾ ਫਿਰ ਚਲ ਆਹੀਂ ਕਰੀ ਫਿਰ ਹਾਂ ਮੈਂ ਬਸ ਕਿਤੇ ਜਾ ਕੇ ਉਹਨਾਂ ਦੇ ਹਾਂ ਜੇ ਹੁਣ ਉੱਧਰ
ਮੈਨੂੰ ਮਿਲ ਗਿਆ ਕਿਸੇ ਕੋਲ ਤੁਹਾਨੂੰ ਕੀ ਵਜੇ ਹੁੰਦਾ ਫਿਰ ਤਾਂ ਮੈਂ ਉੱਧਰ ਹੀ ਲੈ ਜੂੰ ਜਾਂ ਘਰੇ ਨਵਾ ਕੇ ਲੈ ਜੂੰਗਾ ਜੇ ਚੱਜ ਦਾ ਨਾ ਹੋਇਆ ਰੋਟੀ ਮੈਂ ਹੁਣ ਲਾ ਕੇ ਖਾਊਂਗਾ ਮਾੜਾ ਜਿਹਾ ਦੋ ਮਿੰਟਾਂ ਦਾ ਕੰਮ ਚੱਲ ਫਿਰ ਤੂੰ ਕਰ ਤੇਰੇ ਕਰਨ ਵਾਲਾ ਕੰਮ ਆ ਹੋਰ ਫਿਰ ਮੈਨੂੰ ਪਤਾ ਇਹ ਕੰਮ ਨਹੀਂ ਕਾਹ ਨੂੰ ਲੋਟੋਗੀ ਹੋਰ ਹੁਣ ਤੂੰ ਕਿਹਾ ਮੇਰੇ ਦਾ ਨਹੀਂ ਹੋ ਗੱਲਾਂ ਬਾ ਤੈਨੂੰ ਤਾਂ ਕਹਿੰਦੇ ਲੈ ਕੇ ਆ ਪਤਾ ਤੂੰ ਕਰਨਾ ਕੰਮ ਜਿਹੜਾ ਕਰ ਦੇਗਾ ਚੱਲ ਕੋਈ ਨਹੀਂ ਮੈਂ ਕਰਦੀ ਆ ਕੰਮ ਓਹੋ ਉਹ ਕਿੱਧਰੋਂ ਆਇਆ ਹੈ ਉਸਲਾ ਸਿੰਗਲ ਹੈ बापू ने सोच लिया बाली वधिया गल है जे नहीं सोचा हाथ ने आटा ना गुन्नी हाथ ने मेरी लाश ही घरे आऊगी बुरा लगेगा पूछर चो मुश्क मरी मूह चो ਨਾਲੇ ਦੱਸ ਤਾ ਤੂੰ ਤਾਂ ਕੀ ਤੂੰ ਕੁਛ ਨਹੀਂ ਦੱਸ ਇਹਨੂੰ ਕਰ ਜਾ ਤੂੰ ਇਹਨੂੰ ਕੁਛ ਦੁੱਧ ਦੀ ਦੇ ਦੇ ਮਾਰ ਦੱਸ ਤੁਰ ਪੂਆ ਦਾ ਕਿਹੜੇ ਲੋਕ ਦਾ ਅੱਲੀ ਜਾਂਦਾ ਹੈ ਕੀ ਪਤਾ ਕੱਲ੍ਹ ਮੈਂ ਰੋਟੀ ਖਾਧੀ ਹੋਣਾ ਕਿਹੜਾ ਬਗਾਨਾ ਕਿੱਥੋਂ ਦੇ ਟੋਕੇ ਨੂੰ ਚੱਲ ਕੋਈ ਨਹੀਂ ਮੈਂ ਤੇ ਮੂੰਹ ਮਾ ਧੋ ਦੇ ਦੋ ਦੇ ਦੁੱਧ ਨੂੰ ਪਾੜਾ ਦੇ ਦੇ ਤੂੰ ਬਾਅਦ ਕਿ ਦੁੱਧ ਦੀ ਰੋਟੀ ਲੈ ਲੈ ਕਿਹੜੀ ਖਣੀ ਹੈਗੀ ਸਮਝੀ ਗਿਆ ਮੇਰੀ ਗੱਲ ਕੀ ਗੱਲ ਜਾਲੀ ਜੀ ਖੜਾ ਦੇਖੀਏ ਜੇ ਤਾਂ ਕੋਈ ਪੈਸੇ ਤੋਂ ਮੈਥੋਂ ਨਾ ਗਿਣੀ ਤਾਂ ਤੈਨੂੰ ਮੈਂ ਬਾਜ਼ ਮਾਰੂੰਗਾ ਕੋਈ ਨਹੀਂ ਮੈਂ ਫੜ ਲੂ ਨਹੀਂ ਜੇ ਮੈਥੋਂ ਨਾ ਗਿਣੀ ਫੇਰ ਤੈਨੂੰ ਬਾਜ਼ ਮਾਰੂੰਗਾ ਤੈਨੂੰ ਫਿਰ ਗਾਹਾਂ ਆਉਣਗੇ ਪਹਿਲਾਂ ਰੋਡ ਨਹੀਂ ਠੀਕ ਹੈ ਚੱਲ ਕੋਈ ਗੱਲ ਨਹੀਂ ਮੈਂ ਚੱਲਦਾ ਤੈਨੂੰ ਆ ਜਾ ਮੇਰੇ ਨਾਲ ਹੀ ਆ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਕਿਵੇਂ ਠੀਕ ਠਾਕ ਹੋ ਠੀਕ ਹੈ ਕਿਵੇਂ ਆਉਣਾ ਹੋਇਆ ਆਉਣਾ ਤਾਂ ਅਗਲਾ ਕੰਮ ਹੈ ਥੋੜਾ ਜਿਹਾ ਅੱਛਾ ਹੋਰ ਦੱਸੋ ਸਿਹਤਾਂ ਦਾ ਠੀਕ ਹੈ ਹਾਂ ਸਿਹਤ ਤਾਂ ਠੀਕ ਹੈ ਮੈਨੂੰ ਪੈਸੇ ਚਾਹੀਦੇ ਥੋੜੇ ਲੱਖ ਰੁਪਇਆ ਘਰ ਦਾ ਮੇਰੇ ਕੋਲ ਲੱਖ ਰੁਪਇਆ ਚਾਹੀਦਾ ਪੈਸੇ ਪੈਸੇ ਬਾਪੂ ਪਹਿਲਾਂ ਤੈਨੂੰ ਕੁੜੀ ਦੇ ਵਿਆਹ ਨੂੰ ਦਿੱਤਾ ਤਾਂ ਸੀ 20 ਲੱਖ ਰੁਪਇਆ ਤੇਰੀ ਗੱਲ ਮੈਂ ਮੰਨਦਾ 20 ਲੱਖ ਮੈਨੂੰ ਦਿੱਤਾ ਸੀ ਮੈਨੂੰ ਲੱਖ ਰੁਪਏ ਦੀ ਹੁਣ ਮਜਬੂਰੀ ਹੈ ਜ਼ਰੂਰ ਚਾਹੀਦਾ ਮੂਰੇ ਫਸਲ ਆਈ ਮੈਂ ਤੇਰੇ ਪੈਸੇ ਲਾ ਦੂੰਗਾ ਉਹ ਫਸਲ ਕਿੰਨੀ ਕਾ 5-7 ਕਿੱਲਿਆਂ ਦੀ ਕਿੰਨੀ ਕ ਫਸਲ ਆ ਜੂ ਪਹਿਲੇ ਤਾਂ ਮੁੜੇ ਨਹੀਂ ਹੋਰ ਨਵੇਂ ਮੈਂ ਕਿੱਥੋਂ ਦੇ ਦੇਣ ਮੇਰਾ ਠੀਕ ਹੈ ਤੁਹਾਡੀ ਗੱਲ ਮੈਂ ਮੰਨਦਾ ਇਹ ਗੱਲ ਆ ਪਰ ਜਦੋਂ ਮੈਂ ਤੈਨੂੰ ਕਹਿੰਦਾ ਮੈਨੂੰ ਮਜਬੂਰੀ ਹੈ ਮੇਰਾ ਜਵਾਕ ਮਰ ਜੂਗਾ ਤੇ ਮੈਨੂੰ ਉਹਦੇ ਤੱਕ ਮਜਬੂਰੀ ਪੈਗੀ ਲਾਜ਼ਮੀ ਪੈਸੇ ਨੇ ਮੈਂ ਤੇਰੇ ਦੁਬਾਰੇ ਆਉਂਦਾ ਨਹੀਂ ਜਿੰਨੇ ਤੱਕ ਤੇਰੀ ਅੱਖ ਸੀ ਉਹ ਤਾਂ ਤੁਹਾਡੇ ਘਰ ਦੀ ਗੱਲ ਆ ਜਵਾਕ ਹੋਊਗਾ ਤੇਰਾ ਪਰ ਐ ਨਹੀਂ ਹੁੰਦਾ ਆਦੇ ਚਾਦਰ ਦੇਖ ਕੇ ਪੈਰ ਪਸਾਰਿਆ ਕਰੋ ਪਹਿਲਾਂ ਵੱਡੇ ਲੋਕਾਂ ਦੀਆਂ ਰੀਸਾਂ ਨਾ 20 ਲੱਖ ਰੁਪਇਆ ਤੁਸੀਂ ਕੁੜੀ ਦੇ ਵਿਆਹ ਤੇ ਲਾਇਆ ਚਲ ਉਦੋਂ ਵੀ ਅਸੀਂ ਐ ਸੋਚ ਲਿਆ ਵੀ ਚੱਲ ਧੀ ਧਿਆਣੀ ਆ ਅਸੀਂ ਫਿਰ ਵੀ ਪੈਸੇ ਦੇ ਦੇ ਤੂੰ ਐ ਕਰ ਮੇਰੀ ਭੋਂ ਪੱਕ ਪੈ ਦੀ ਰਖਾ ਲੈ ਮੇਰੀ ਇਹ ਜ਼ਰੂਰ ਬੇਨਤੀ ਮੰਨ ਚਾਹੋ ਮੇਰਾ ਬਾਹਰ ਦਾ ਕਿੱਲਾ ਗਹਿਣੇ ਕਰਾ ਦੇਖ ਬਾਪੂ ਜ਼ਮੀਨ ਦੀ ਗੱਲ ਆ ਜ਼ਮੀਨ 'ਚ ਤੇਰੇ ਕੋਈ ਫਸਲ ਤਾਂ ਹੁੰਦੀ ਨਹੀਂ ਉਹ ਅਸੀਂ ਗਹਿਣੇ ਲੈ ਕੇ ਕੀ ਕਰਾਂਗੇ ਦੂਜੀ ਗੱਲ ਰਹੀ ਪੱਗ ਦੀ ਪੱਗ ਤੋਂ ਮੈਂ ਇੱਕ ਰਾਂ ਪਹਿਲੇ ਪੈਸੇ ਤਾਂ ਮੇਰੇ ਮੁੜੇ ਨਹੀਂ ਹੋਰ ਮੈਂ ਨਵੇਂ ਪੈਸੇ ਕਿੱਥੋਂ ਫਸਾ ਦਿਆਂ ਨਹੀਂ ਐ ਨਾ ਕਰੋ ਮੈਥੋਂ ਹੱਥ ਵਾਲਾ ਲਓ ਪੈਰੀ ਪੱਗ ਦਾ ਲਾਲ ਤੈਨੂੰ ਕਿੰਨੇ ਵਾਰਾ ਕਹਿੰਦਾ ਪੈਰੀ ਹੱਥ ਲਾ ਲਓ ਜੇ ਅੱਜ ਤੂੰ ਖਾਲੀ ਮੋੜਦਾ ਨਾ ਮੇਰੇ ਮੁੰਡੇ ਨੂੰ ਕੁਛ ਹੋਜੂ ਜੇ ਨਾ ਉਹਨੂੰ ਹੋਇਆ ਕੁਛ ਅਸੀਂ ਦੋਵੇਂ ਜੀ ਕੁਛ ਖਾ ਕੇ ਮਰ ਜਾਂਗੇ ਇੰਨਾ ਨਾ ਸਾਨੂੰ ਥੋੜ੍ਹੀ ਪੂਰੀ ਆਸ ਤੱਕ ਕੇ ਤੁਹਾਡੇ ਕੋਲ ਆਏਗਾ ਕਿਵੇਂ ਕਰੋ ਜਿਵੇਂ ਮਰਜ਼ੀ ਕਰੋ ਬਸ ਮੈਨੂੰ 1 ਲੱਖ ਰੁਪਏ ਦੀ ਲੋੜ ਹੈ ਕੋਈ ਮੈਨੂੰ ਬਾਹਰ ਨਹੀਂ ਦੱਸੋ ਮੰਗਿਆ ਬਸ ਠੀਕ ਹੈ ਤੁਸੀਂ ਮੇਰਾ ਪਹਿਲਾਂ ਮਤਲਬ ਸਾਰਿਆ ਤਾਂ ਕਿਉਂ ਮੈਂ ਤੁਹਾਡੇ ਕੋਲ ਆਏਗਾ ਬਸ ਇਹੀ ਮੇਰੇ ਹੱਥ ਵੱਲ ਕੇ ਬੇਨਤੀ ਕਿਵੇਂ ਮਰਜ਼ੀ ਕਰੋ ਬਾਪੂ ਮੇਰੇ ਕਰਕੇ ਆਪਦੀ ਪੱਗ ਪੈ ਰੱਖੀ ਜਾਂਦਾ ਇਹਦੇ ਉਹ ਲਾਡੀ ਕੀ ਕਰਨ ਲੱਗਿਆ ਸੀ ਤੂੰ ਆ ਲੋਕਾਂ ਪਿੱਛੇ ਲੱਗ ਕੇ ਆਪਦੇ ਬਾਪੂ ਨੂੰ ਰੋਲਤਾ ਫੋਨ ਤਾਂ ਫਿਰ ਵੀ ਆਜੂਗਾ ਪਰ ਜੇ ਬੇਬੇ ਬਾਪੂ ਇੱਕ ਵਾਰੀ ਜਾ ਵੜੇ ਨਾ ਇਹ ਨਹੀਂ ਆ ਸਕਦੇ ਨਾ ਦੇਖੋ ਅੰਕਲ ਮੇਰੇ ਕੋਲ ਪੈਸੇ ਹੈ ਨਹੀਂ ਚਾਹ ਪਾਣੀ ਪੀਣਾ ਪੀਓ ਨਹੀਂ ਤੁਰਦੇ ਬਣੋ ਬਾਪੂ ਤੂੰ ਕਿਉਂ ਆਈਆਂ ਮਿਹਨਤਾਂ ਕਰੀ ਨਾ ਛੱਡ ਆ ਚੱਲੀ ਆਪਾਂ ਉਹ ਮਿਹਨਤਾਂ ਵਾਲੀ ਕੀ ਗੱਲ ਆ ਜੇ ਏਡੇ ਸ਼ਾਹੂਕਾਰ ਸੀ ਆਏ ਕੀ ਲੈਣ ਸੀ ਇੱਥੇ ਬਸ ਬਾਈ ਬਾਪੂ ਆਪਾਂ ਨਹੀਂ ਲੈਣਾ ਆਈਫੋਨ ਇਹਦੀਆਂ ਮਿਹਨਤਾਂ ਕਰਨ ਦੀ ਕੋਈ ਲੋੜ ਨਹੀਂ ਨਾਲੇ ਆ ਤੇਰੀ ਪੱਗ ਕੋਈ ਇੰਨੀ ਸਸਤੀ ਨਹੀਂ ਕਿਵੇਂ ਜਣੇ ਖਾਣ ਦੇ ਪੈਰਾਂ 'ਚ ਧਰੀ ਜਾਵੇ ਆ ਜਾਂਦੇ ਹੁਣ ਮੂੰਹ ਚੱਕ ਕੇ ਹੁਣ ਬਾਪੂ ਦਾ ਏਜ ਆ ਗਿਆ ਪਹਿਲੇ ਪੈਸੇ ਮੁੜਦੇ ਨਹੀਂ ਨਵਿਆਂ ਨੂੰ ਆ ਜਾਂਦੇ ਆ ਆ ਗਏ ਤੜਕੇ ਦਿਮਾਗ ਖਰਾਬ ਕਰ
ਸਤਿ ਸ੍ਰੀ ਅਕਾਲ ਦੋਸਤੋ। ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ, ਵੀਡੀਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਜਿਹੜੀ ਬੈਲ ਆ ਉਹਨੂੰ ਜ਼ਰੂਰ ਦਬਾ ਲਿਓ ਤਾਂ ਜੋ ਸਾਡੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇੱਕ ਗੱਲ ਹੋਰ ਜੀ, ਸਾਡੀਆਂ ਵੀਡੀਓ ਪਰਿਵਾਰਦਾਇਕ ਹੁੰਦੀਆਂ ਨੇ, ਸਿੱਖਿਆਦਾਇਕ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਤੁਹਾਡੇ ਕੋਲ ਅਸੀਂ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ। ਸਾਨੂੰ ਫੁੱਲ ਸਪੋਰਟ ਕਰਿਓ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਜੇ ਤੂੰ ਆਈਫੋਨ ਲੈ ਕੇ ਦੇ ਦਿੰਦਾ ਨਾ ਮੁੰਡੇ ਨੂੰ, ਜਮਾ ਸੁਧਰ ਜਾਂਦਾ ਮੁੰਡਾ, ਪੱਟਿਆ ਹੀ ਤੂੰ ਆ। ਦੋ ਲੈ ਦੇ ਆਈਫੋਨ, ਦੋ ਇੱਕ ਪਾਸੇ ਵੱਲ ਨੂੰ, ਇੱਧਰ ਇੱਕ ਇੱਧਰ ਵੱਲ ਨੂੰ, ਕਹਿੰਦਾ ਦੋ ਪਾਸੇ ਗਲ ਚ ਪਾ ਦੇ, ਇੱਕ ਢੂਹੀ ਮਗਰ ਪਾ ਦੇ।